ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਨੂੰ ਇੱਕ ਇਹੋ ਜਿਹੀ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ 'ਤੇ ਅਕਾਲ ਪੁਰਖ ਦੀ ਅਪਾਰ ਕਿਰਪਾ ਹੈ। ਇਹਨਾਂ ਨੂੰ ਅਕਾਲ ਪੁਰਖ ਨੇ ਗੁਰਸਿੱਖੀ ਦੇ ਨਾਲ ਨਾਲ ਪੇਂਟਿੰਗ ਦੀ ਬਾ ਕਮਾਲ ਕਲਾ ਬਖਸ਼ੀ ਹੈ, ਜਿਸ ਲਈ ਇਹਨਾਂ ਨੂੰ ਕੋਈ ਟ੍ਰੇਨਿੰਗ ਨਹੀਂ ਲੈਣੀ ਪਈ, ਪਰ ਸੁੱਤੇ ਸਿੱਧੀ ਪਰਮਾਤਮਾ ਵੱਲੋਂ ਮਿਲ ਗਈ ਹੈ। ਇਸ ਕਲਾ ਦੇ ਖੇਤਰ ਵਿੱਚ ਇਹ ਹੁਣ ਤੱਕ 14 ਵਰਲਡ ਰਿਕਾਰਡ ਬਣਾ ਚੁੱਕੇ ਹਨ। ਨਜ਼ਦੀਕੀ ਕਸਬੇ ਵਿੱਚ ਸਕੂਲ ਵਿੱਚ ਬੱਚਿਆਂ ਨੂੰ ਇਸ ਕਲਾ ਦੀ ਟ੍ਰੇਨਿੰਗ ਵੀ ਦੇ ਚੁੱਕੇ ਹਨ। ਹਰ ਇੱਕ ਤਰੀਕੇ ਦੀ ਪੇਂਟਿੰਗ ਬਾ ਕਮਾਲ ਕਰਦੇ ਹਨ। ਅਬਸਟ੍ਰੈਕਟ, ਓਇਲ, ਵਾਟਰ, ਐਕਰਲਿਕ, ਸਟੋਨ, ਕਲੇ ਮਾਡਲਿੰਗ, ਕੈਲੀਗ੍ਰਾਫੀ ਐਂਡ 3D ਪੇਂਟਿੰਗ। ਮੇਰੀ ਮੁਰਾਦ ਵੀਰ ਨਿਰਭੈ ਸਿੰਘ ਰਾਏ ਤੋਂ ਹੈ, ਜੋ ਕਿ ਮਲੇਰਕੋਟਲਾ ਦੇ ਨਜ਼ਦੀਕ ਚੰਦੂਰਾਈਆਂ ਪਿੰਡ ਵਿੱਚ ਆਪਣੇ 14 ਸਾਲ ਦੇ ਬੇਟੇ ਗੁਰਕੀਰਤ ਸਿੰਘ, ਧਰਮ ਪਤਨੀ ਅਤੇ ਮਾਤਾ ਜੀ ਦੇ ਨਾਲ ਬੜਾ ਹੀ ਸਾਦਗੀ ਭਰਿਆ ਜੀਵਨ ਬਤੀਤ ਕਰ ਰਹੇ ਹਨ। ਪਿਤਾ ਦਾ ਸਾਇਆ ਬਚਪਨ ਵਿੱਚ ਹੀ ਸਿਰ ਤੋਂ ਉੱਠ ਗਿਆ ਸੀ, ਪਰ ਕੁਝ ਖਾਸ ਅਤੇ ਵੱਡਾ ਕਰਨ ਦੀ ਲਗਨ ਵੀਰ ਦੇ ਮਨ ਵਿੱਚ ਬਚਪਨ ਤੋਂ ਹੀ ਸੀ। ਮੈਨੂੰ ਇਹਨਾਂ ਬਾਰੇ 3-4 ਸਾਲ ਪਹਿਲਾਂ ਕਿਸੇ ਫਰੈਂਡ ਦੇ ਫੇਸਬੁੱਕ ਪੇਜ ਤੋਂ ਪਤਾ ਲੱਗਿਆ ਸੀ। ਇਹਨਾਂ ਦੀ ਪੇਂਟਿੰਗਸ ਦੀ ਆਪਣੇ ਗੁਰਦੁਆਰਾ ਸਾਹਿਬ ਆਪਾਂ ਪ੍ਰਦਰਸ਼ਨੀ ਵੀ ਲਗਾਈ ਸੀ। ਕੁਝ ਕੁ ਸੰਗਤ ਮੈਂਬਰਾਂ ਨੇ ਪੇਂਟਿੰਗਸ ਖਰੀਦੀਆਂ ਵੀ ਸਨ। ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਮੈਨੇਜਮੈਂਟ ਨੇ ਇਹਨਾਂ ਤੋਂ ਸਿੱਖ ਹਿਸਟਰੀ ਨਾਲ ਸੰਬੰਧਿਤ ਪੇਂਟਿੰਗਸ ਬਣਵਾਈਆਂ, ਜਿਨ੍ਹਾਂ ਵਿੱਚੋਂ ਕੁਝ ਪੇਂਟਿੰਗਸ ਤੁਸੀਂ 24 ਵਾਲੇ ਪ੍ਰੋਗਰਾਮ ਦੇ ਦੌਰਾਨ ਦੇਖੀਆਂ ਸਨ। ਜਿਵੇਂ ਕਿ ਬਾਬਾ ਦੀਪ ਸਿੰਘ ਜੀ ਦੀ ਪੇਂਟਿੰਗ, ਜਿਸ ਵਿੱਚ ਇਹ ਦਿਖਾਇਆ ਗਿਆ ਹੈ ਕਿ ਬਾਬਾ ਜੀ ਨੇ ਲਕੀਰ ਖਿੱਚ ਦਿੱਤੀ ਸੀ ਕਿ ਉਹੀ ਸਿੰਘ ਅੱਗੇ ਵਧਣ ਜੋ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣ ਲਈ ਸਿਰ ਧੜ ਦੀ ਬਾਜੀ ਲਾਉਣ ਲਈ ਤਿਆਰ ਸਨ। ਸਿੰਘਾਂ ਨੇ ਖੁਸ਼ੀ ਖੁਸ਼ੀ ਲਾਈਨ ਕ੍ਰੋਸ ਕਰ ਲਈ ਸੀ। ਇਹ ਹਾਲਾਤ ਉਦੋਂ ਪੈਦਾ ਹੋ ਗਏ ਸਨ ਜਦੋਂ ਅਹਿਮਦ ਸ਼ਾਹ ਅਬਦਾਲੀ 4th ਵਾਰ ਭਾਰਤ ਦੀ ਇਨਵੇਜ਼ਨ ਤੋਂ ਬਾਅਦ ਜਾਂਦਾ ਹੋਇਆ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਸਿੱਖਾਂ ਨੂੰ ਖਤਮ ਕਰਨ ਲਈ ਕਹਿ ਗਿਆ ਸੀ, ਜਿਸ ਨੇ ਗੁਰਦੁਆਰਾ ਸਾਹਿਬਾਂ ਦੇ ਸਰੋਵਰ ਮਿੱਟੀ ਅਤੇ ਸ਼ਰਾਬਾਂ ਨਾਲ ਭਰਨੇ ਸ਼ੁਰੂ ਕਰ ਦਿੱਤੇ ਸਨ। ਬਾਬਾ ਦੀਪ ਸਿੰਘ ਜੀ ਨੇ ਜੋਸ਼ ਨਾਲ ਕਿਹਾ ਸੀ, ਚਾਹ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ, ਸਿਰ ਦੀਜੈ ਕਾਣ ਨਾ ਕੀ ਜੈ। ਬਾਕੀ ਦੀਆਂ ਪੇਂਟਿੰਗਸ ਦੇ ਰੂਬਰੂ ਤੁਹਾਨੂੰ ਅੱਜ ਕਰਾਵਾਂਗੇ। ਸਾਡੇ ਨਾਲ ਜੁੜੇ ਰਹੋ ਪ੍ਰੋਗਰਾਮ ਦੇ ਅੰਤ ਤੱਕ। ਆਪਣੇ ਹੀ ਸੰਗਤ ਦੇ ਬੱਚੇ ਆਪ ਨੂੰ ਪੇਂਟਿੰਗਸ ਬਾਰੇ ਜਾਣਕਾਰੀ ਦੇਣਗੇ। ਜਦੋਂ ਗੁਰਦੁਆਰਾ ਸਾਹਿਬ ਖੁੱਲ੍ਹੇਗਾ ਤਾਂ ਤੁਸੀਂ ਇਹਨਾਂ ਪੇਂਟਿੰਗਸ ਦੇ ਦਰਸ਼ਨ ਕਰ ਸਕਦੇ ਹੋ। ਅੱਜ ਅਸੀਂ ਇਹ ਪ੍ਰੋਗਰਾਮ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਰਿਲੀਜ਼ ਕਰਨ ਜਾ ਰਹੇ ਹਾਂ। ਆਓ ਵੀਰ ਜੀ ਦੇ ਮੂੰਹੋਂ ਹੀ ਇਹਨਾਂ ਬਾਰੇ ਅਤੇ ਇਹਨਾਂ ਦੀ ਕਲਾ ਬਾਰੇ ਹੋਰ ਜਾਣਕਾਰੀ ਲਈਏ। ਵੀਰ ਜੀ ਦਾ ਨਿਸ਼ਕਾਮ TV 'ਤੇ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਚਿੱਤਰਕਾਰ ਨਿਰਭੈ ਸਿੰਘ ਰਾਏ, ਪਿੰਡ ਚੰਦੂਰਾਈਆਂ, ਜ਼ਿਲ੍ਹਾ ਸੰਗਰੂਰ, ਤਹਿਸੀਲ ਮਲੇਰਕੋਟਲਾ ਹੈ, ਅਤੇ ਦੱਸਣਾ ਚਾਹੂੰਗਾ ਜੀ, ਮੈਂ ਨਿਸ਼ਕਾਮ TV ਸੇਵਾ ਵੱਲੋਂ, ਚੈਨਲ ਵੱਲੋਂ ਮੈਂ ਅੱਜ ਆਪਣੇ ਕਲਾ ਦਾ ਵਿਸਥਾਰ ਜਿਹੜਾ ਹੈ ਕਰਨਾ ਹੈ। ਸੋ ਮੈਂ ਦੱਸਣਾ ਚਾਹੂੰਗਾ ਵੀ ਪੇਂਟਿੰਗ ਦੇ ਵਿੱਚ ਮੈਂ ਪੇਂਟਿੰਗ ਦਾ ਸ਼ੌਕ ਜਿਹੜਾ ਸੀ ਉਹ ਬਚਪਨ ਤੋਂ ਸੀ, ਅਤੇ ਬਚਪਨ ਤੋਂ ਹੀ ਮੈਂ ਮਤਲਬ ਕਲਾ ਵੱਲ ਨੂੰ ਮੁੜਿਆ ਸੀ, ਅਤੇ ਕੁਝ ਘਰ ਦੇ ਹਾਲਾਤ ਕਰਕੇ ਫਾਦਰ ਸਾਹਿਬ ਘਰ ਤੋਂ ਚਲੇ ਗਏ ਸੀ, ਅਤੇ ਉਸ ਸਮੇਂ ਮੈਂ 3 ਕਲਾਸ 'ਚ ਪੜ੍ਹਦਾ ਸੀ, ਅਤੇ ਉਹ ਅੱਜ ਤੱਕ ਵਾਪਸ ਨਹੀਂ ਆਏ। ਉਹਨਾਂ ਦਾ ਜਿਹੜਾ ਦਰਦ ਸੀ ਉਹ ਬੜਾ ਦਿਲ ਨੂੰ ਟੁੰਬਦਾ ਰਿਹਾ। ਉਹਨਾਂ ਦੇ ਦਰਦ ਕਾਰਨ ਮਤਲਬ ਮੈਂ ਬਹੁਤ ਸਾਰਾ ਕੁਛ ਕਰ ਨਹੀਂ ਪਾਇਆ, ਅਤੇ ਮਤਲਬ ਕੁਛ ਕਰਨਾ ਅਜਿਹਾ ਚਾਹੁੰਦਾ ਸੀ, ਮਨ ਦੇ ਵਿੱਚ ਖਿਆਲ ਆ ਰਹੇ ਸੀ ਕੁਛ ਵੱਖਰਾ ਕਰਾਂ ਕੁਛ ਵੱਖਰਾ ਕਰਾਂ। ਘਰ ਦੀਆਂ ਬੜੀਆਂ ਜ਼ਿੰਮੇਵਾਰੀਆਂ ਸੀ ਇੱਕ ਬੱਚੇ ਉੱਪਰ। ਸੋ ਇਸ ਨੂੰ ਲੈ ਕੇ ਚੱਲਦਾ ਅੱਗੇ ਪਰਮਾਤਮਾ ਨੂੰ ਅਰਦਾਸ ਕੀਤੀ, ਪਰਮਾਤਮਾ ਕੁਛ ਅਜਿਹਾ ਦੇ ਜਿਹਦੇ 'ਚ ਮੈਂ ਕੁਛ ਵੱਡਾ ਕਰਾਂ। ਸੋ ਪਰਮਾਤਮਾ ਨੇ ਅੰਦਰੋਂ ਇੱਕ ਅਜਿਹੀ ਅਲਖ ਜਗਾਈ, ਅਜਿਹੀ ਮਤਲਬ ਅੰਦਰੋਂ ਜੋਤ ਜਗਾਈ ਮੇਰੇ ਅੰਦਰ ਕਲਾ ਦੀ। ਸੋ ਇਹ ਹੁਕਮ ਹੋਇਆ ਤੂੰ ਪੇਂਟਿੰਗ ਕਰ, ਅਤੇ ਪੇਂਟਿੰਗ ਸਾਡੇ ਪਿੰਡ ਵਿੱਚ, ਸਾਡੇ ਘਰ ਵਿੱਚ, ਰਿਸ਼ਤੇਦਾਰੀ 'ਚ ਦੂਰ ਦੂਰ ਤੱਕ ਕੋਈ ਪੇਂਟਿੰਗ ਨਹੀਂ ਕਰਦਾ। ਜੱਟ ਸਿੱਖ ਪਰਿਵਾਰ ਨਾਲ ਜਿਹੜਾ ਹੈਗਾ ਮੈਂ ਸੰਬੰਧ ਰੱਖਦਾ ਜੀ, ਅਤੇ ਅੰਦਰੋਂ ਹੁਕਮ ਹੋਇਆ ਕਲਾ ਨੂੰ ਅਪਣਾ ਲੈ, ਪੇਂਟਿੰਗ ਕਰ। ਸੋ ਮੈਂ ਪੇਂਟਿੰਗ ਦੇ ਵਿੱਚ ਇਹ ਸੋਚਿਆ ਵੀ ਮੈਂ ਪੇਂਟਿੰਗ ਮੈਨੂੰ ਆਉਂਦੀ ਨਹੀਂ, ਮੈਂ ਕਰਾਂ ਕਿਵੇਂ, ਕਿੱਥੋਂ ਕਰਾਂ, ਕਿੱਥੋਂ ਸ਼ੁਰੂ ਕਰਾਂ। ਤਾਂ ਉਸ ਸਮੇਂ ਇਹ ਅਰਦਾਸ ਵੀ ਨਿਕਲੀ, ਪਰਮਾਤਮਾ ਜੇ ਪੇਂਟਿੰਗ ਮੈਨੂੰ ਕੋਈ ਸਿਖਾ ਨਹੀਂ ਸਕਦਾ, ਨਾ ਮੈਂ ਕਿਸੇ ਕੋਲ ਸਿੱਖਣ ਜਾਣਾ, ਮੇਰਾ ਗੁਰੂ ਤੂੰ ਹੀ ਬਣ ਜਾ। ਸੋ ਉਸ ਦਿਨ ਤੋਂ ਪਰਮਾਤਮਾ ਨੂੰ ਗੁਰੂ ਮੰਨ ਲਿਆ ਸੀ।
पेंसिल चक्की सी कच्ची पेंसिल जिदे नाल कागज़ ते बणाउंदा 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 कद मैं चित्रकार नरभै सिंह राय बन गया। सो मैनू अज तक नहीं पता लग रहा इस गल का भी किवें करदा करदा मेरे कोले कला दा बहुत सारियां अंदरूनी गहरिया चीज़ां जिहड़ियां हैगियां प्रवेश कर गईयां दिमाग दे विच। सो पेंटिंग दा जिहड़ा हैगा शौक मतलब मैं मतलब होर वधदा गया होर वधदा गया ते हुण तक जिहड़े हैगे मैं 700 पेंटिंग बना चुके हाँ। तो बहुत सारिया पेंटिंगों के बहुत सारा जोड़ा सिख इतिहास से भी कम कर चुके हाँ। सो मैं दसना चाहूँगा भी पेंटिंग एक अजिहा आनंद है जिद मैं सारा दिन डुबया रहना पागल होया रहना। सो उस उपजदा की है हम अज मैं इस इंटरव्यू राही ये दसना चाहना भी उस उपजदा की है उस निकलना की। तो अज बड़े फकर न बड़े माण न मतलब जोड़ा है सेहरा बनना मैं वो तो परमात्मा ने सिरे बनना भी गुरु परमात्मा जिहड़ा फकर ते माण नाल कह रहे हैं भी कला च उपजदा की है। अज मेरे 14 वर्ल्ड रिकॉर्ड ने 14 विश्व रिकॉर्ड बना चुके हैं जी ते 14 पेंटिंगां अजिहियां बना चुके हैं जिहड़ियां वर्ल्ड दे विच इक्को ही पीस आ वह मेरे कोल आ। ते पेंटिंग तो इलावा मैं नाल नाल जिहड़ा है टैलीग्राफी दे विच कम भी करदा उड़े आड़े ते पंजाबी ते पंजाबी मां बोली दी सेवा करन लग्या होया कलम नाल जिहड़ा हैगा मैं लिख रहा। सो आने वाली पीढ़ियां नूं जिहड़ा हैगा मैं कोशिश कीती है भी आने वाली पीढ़ियां नूं मैं सिखावां ते दसां समझावां ते तां कि पंजाबी नूं होर प्रफुल्लित करन लई मैं भी कुछ योगदान पावां। तो इस करके मैं ना कलम नाल जिहड़ा है गुरबाणी का प्रचार कर रहा लिख रहा गुरबाणी के शब्द लिख रहा ते बच्चों नूं भी सिखा रहा अगे। तो दो बच्चे जिहड़े मेरे तो सीख के पंजाब चो गोल्ड मैडल ने ते हुण श्री गुरु ग्रंथ साहिब हाथ नाल लिख रहे हैं जी। तो बाकी इस तों इलावा दसना चाहूँगा भी पेंटिंगों के मैं बहुत सारे महान व्यक्तियों दी पेंटिंगां बनाईयां ने जिन्हां दे विचों जिन्हां दे वर्ल्ड रिकॉर्ड ने। और इत्थे कीमती गल एक इत्थे बहुत कीमती गल एक यह है बई जिहड़ी ना वर्ल्ड रिकॉर्ड बनाउण दा आइडिया मैनूं मतलब पहला आइडिया आया उदों मैनूं ये अज तो 2015 की गल है 2015 दे विच मैनूं पता भी नहीं सी भी मैं वर्ल्ड रिकॉर्ड हुंदा की आ वर्ल्ड रिकॉर्ड किहनूं कहिंदे ने और किस तरह बनता किवें बनता। तो हैरानी की गल यह है भी मतलब 2015 दे विच एक बच्चा मेरे को अखबार लैके आना कहिंदा सर देखो जी गिनीज बुक दे विच वर्ल्ड रिकॉर्ड बनिया होया। मैं कहा किवें बनता हुंदा कहिंदा कोई इहो जी चीज़ बना दो जिहड़ी पूरे वर्ल्ड च इक्को ही होवे ਤੁਹਾਡੇ ਵਰਗੀ ਕੋਈ ਚੀਜ਼ ਹੋਰ ਹੋਵੇ ਨਾ ਫਿਰ ਉਸਦਾ ਵਰਲਡ ਰਿਕਾਰਡ ਬਣ ਜਾਂਦਾ। ਸੋ ਉਸ ਸਮੇਂ ਪਰਮਾਤਮਾ ਨੂੰ ਅਰਦਾਸ ਕੀਤੀ ਪਰਮਾਤਮਾ ਕੁਛ ਦੇ ਅਜਿਹਾ ਦੇ ਮੈਨੂੰ ਜਿਸ 'ਤੇ ਮੈਂ ਕੰਮ ਕਰਾਂ। ਸੋ ਜਦ ਹੀ ਆਈਡੀਆ ਆਇਆ ਤਾਂ ਮੈਂ ਪੇਪਰ ਦੇ ਉੱਪਰ ਜਿਹੜਾ ਸਭ ਤੋਂ ਪਹਿਲਾ ਵਰਲਡ ਰਿਕਾਰਡ ਸੀ ਉਹ ਸੀ ਮਨੁੱਖੀ ਅੱਖ ਬਣਾਈ ਸੀ 0.5 mm ਦੇ ਵਿੱਚ ਆਇਲ ਪੇਂਟਿੰਗ ਬੁਰਸ਼ ਦੇ ਇੱਕ ਵਾਲ ਨਾਲ ਬੁਰਸ਼ ਦੇ ਸਾਰੇ ਵਾਲ ਕੱਟ ਦਿੱਤੇ ਸੀ ਬੁਰਸ਼ ਦਾ ਇੱਕ ਵਾਲ ਰੱਖ ਕੇ ਆਇਲ ਕਲਰ ਦੇ ਨਾਲ ਮਨੁੱਖੀ ਅੱਖ ਬਣਾਈ ਸੀ ਅਤੇ ਉਹਦਾ ਵਰਲਡ ਰਿਕਾਰਡ ਮੇਰਾ ਜਿਹੜਾ ਹੈਗਾ ਸੀ ਬਣ ਗਿਆ ਸੀ। ਉਸ ਤੋਂ ਬਾਅਦ ਬਾਬਾ ਬੁੱਲੇ ਸ਼ਾਹ ਦਾ ਵਰਲਡ ਰਿਕਾਰਡ ਸਰੋਂ ਦੇ ਦਾਣਿਆਂ ਨਾਲ ਪੇਂਟਿੰਗ ਬਣਾਈ ਫਿਰ ਆਡੀ ਆਈਡੀਏ ਆਉਂਦੇ ਹੀ ਗਏ ਅਤੇ ਬਣਾਉਂਦਾ ਹੀ ਗਿਆ। ਸੋ ਦੋਸਤੋ ਅੱਜ ਮੈਂ 14 ਵਰਲਡ ਰਿਕਾਰਡ ਜਿਹੜੇ ਹੈ ਬਣਾ ਚੁੱਕੇ ਹਾਂ ਪੇਂਟਿੰਗ ਦੇ ਵਿੱਚ। ਸੋ ਦੱਸਣਾ ਚਾਹੂੰਗਾ ਸਿੱਖ ਇਤਿਹਾਸ 'ਤੇ ਮੈਂ ਕੰਮ ਕਰਨ ਦਾ ਬੜੀ ਰੁਚੀ ਸੀ ਬੜਾ ਮਨ ਸੀ ਸਿੱਖ ਇਤਿਹਾਸ 'ਤੇ ਕੰਮ ਕਰਾਂ ਅਤੇ ਮੈਂ ਕਲਾ ਲਈ ਤਾਂ ਚਲੋ ਕਰ ਹੀ ਰਿਹਾ ਅਤੇ ਇਤਿਹਾਸ ਲਈ ਸਿੱਖੀ ਲਈ ਕੁਛ ਕਰਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਛ ਕਰਾਂ ਇਤਿਹਾਸ ਨੂੰ ਪੜ੍ਹ ਕੇ ਕੁਛ ਅਜਿਹੀਆਂ ਪੇਂਟਿੰਗਾਂ ਬਣਾਵਾਂ ਜੋ ਆਉਣ ਵਾਲੇ ਸਮੇਂ 'ਚ ਪ੍ਰੇਰਨਾ ਸਰੋਤ ਬਣ ਜਿਹ ਤੋਂ ਸਿੱਖਿਆ ਲਈ ਜਾ ਸਕੇ ਜਿਹ ਤੋਂ ਸਿੱਖਿਆ ਜਾ ਸਕੇ। ਸੋ ਹੁਣ USA ਦੇ ਵਿੱਚ ਮਤਲਬ ਗੁਰਦੁਆਰਾ ਸਾਹਿਬ ਨੇ ਉੱਥੇ ਮੈਂ ਪੇਂਟਿੰਗ ਜਿਹੜੀ ਹੈਗੀ ਆ ਬਣਾਈ ਆ ਭੈਣ ਅਮਰਜੀਤ ਕੌਰ ਦੀ ਹੋਣ ਕਰਕੇ ਉਹਨਾਂ ਦੇ ਉਹਨਾਂ ਦੀ ਪਹਿਚਾਣ ਹੋਣ ਕਰਕੇ ਉਹਨਾਂ ਨੇ ਬੜਾ ਮਤਲਬ ਇਸ ਵਿੱਚ ਮਤਲਬ ਮੈਨੂੰ ਸਹਿਯੋਗ ਦਿੱਤਾ ਅਤੇ ਸਾਥ ਦਿੱਤਾ ਮੇਰਾ। ਅਤੇ USA ਦੇ ਵਿੱਚ ਮਤਲਬ 10 ਪੇਂਟਿੰਗਾਂ ਹੁਣ ਜਿਹੜੀਆਂ ਹੈਗੀਆਂ ਨੇ ਉਹ ਡਿਸਪਲੇ ਹੋਣ ਜਾ ਰਹੀਆਂ ਨੇ ਸਿੱਖ ਇਤਿਹਾਸ 'ਤੇ ਜੋ ਪੇਂਟਿੰਗਾਂ ਮੈਂ ਜੋ ਵਰਕ ਕੀਤਾ ਪਿਛਲੇ 2 ਮਹੀਨਿਆਂ ਤੋਂ ਮੈਂ ਜਿਹੜਾ ਹੈਗਾ ਵਰਕ ਕਰਨ ਲੱਗਿਆ ਹੋਇਆ। ਸੋ ਤੁਸੀਂ ਦੇਖਿਓ ਬੜਾ ਕਮਾਲ ਦਾ ਮੈਨੂੰ ਬੜੀ ਰੂਹ ਖੁਸ਼ ਹੋਈ ਆ ਅਤੇ ਆਉਣ ਵਾਲੇ ਸਮੇਂ 'ਚ ਵੀ ਮੈਂ ਮਤਲਬ ਬੜਾ ਜਿਹੜਾ ਹੈਗਾ ਕੰਮ ਕਰਨਾ ਚਾਹੁੰਦਾ ਸਿੱਖ ਇਤਿਹਾਸ 'ਤੇ ਅਤੇ ਥੋੜ੍ਹੀ ਆਰਥਿਕਤਾ ਕਰਕੇ ਮਤਲਬ ਮੈਂ ਕਰ ਨਹੀਂ ਪਾ ਰਿਹਾ। ਅਤੇ ਕਹਿੰਦੇ ਨੇ ਸਿੱਖੀ ਦਾ ਪ੍ਰਚਾਰ ਕਰੋ ਪ੍ਰਚਾਰ ਕਰੋ। ਸੋ ਮੈਂ ਕਲਾ ਰਾਹੀਂ ਕਰਨਾ ਚਾਹੁੰਦਾ
ਤੇ ਕਲਾ ਰਹੀ ਕਰਨ ਲਈ ਮੈਨੂੰ ਚਲੋ ਮੌਕਾ ਵੀ ਮਿਲਿਆ, ਚਲੋ ਕੁਛ ਆਰਥਿਕਤਾ ਕਰਕੇ ਜਿਹੜਾ ਹੈਗਾ ਕੁਛ ਰੁਕਾਵਟਾਂ ਨੇ, ਸੋ ਮੈਂ ਆਪਣਾ ਯੋਗਦਾਨ ਜਿਹੜਾ ਹੈਗਾ ਪਾ ਰਿਹਾ ਅਤੇ ਕਲਾ ਦੇ ਵਿੱਚ ਬਹੁਤ ਸਾਰਾ ਕੁਛ ਅਜਿਹਾ ਤੁਹਾਡੇ ਸਾਹਮਣੇ ਧਰੂੰਗਾ ਅਤੇ ਜੋ ਬਾ ਕਮਾਲ ਹੋਊਗਾ। ਸੋ ਹੁਣ ਮੈਂ ਨਿਸ਼ਕਾਮ ਟੀਵੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਆਪਣੀ ਆਪਣੇ ਆਪਣੇ ਬਲਬਲੇ ਰੱਖਣ ਦਾ, ਆਪਣੇ ਦਿਲ ਦੀਆਂ ਰੂਹ ਦੀਆਂ ਗਹਿਰਾਈਆਂ ਰੱਖਣ ਦਾ ਜਿਹੜਾ ਮੌਕਾ ਦਿੱਤਾ। ਇਹਨਾਂ ਦਾ ਮੈਂ ਵੀਰ ਹਰਬਲਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ, ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਸਤਿਕਾਰ ਅਤੇ ਇੱਥੇ ਬੋਲਣ ਦਾ ਮੌਕਾ ਦਿੱਤਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪੇਂਟਿੰਗ ਹੈ। ਗੁਰਦੁਆਰਾ ਹਰਿਮੰਦਰ ਸਾਹਿਬ ਭਾਵ ਹਰੀ ਦਾ ਮੰਦਿਰ ਨੂੰ ਦਰਬਾਰ ਸਾਹਿਬ ਵੀ ਕਿਹਾ ਜਾਂਦਾ ਹੈ। ਇਹ ਸਿੱਖ ਧਰਮ ਦਾ ਬਹੁਤ ਹੀ ਸਤਿਕਾਰਤ ਰੂਹਾਨੀ ਸਥਾਨ ਹੈ ਅਤੇ ਇਹ ਅੰਮ੍ਰਿਤਸਰ ਪੰਜਾਬ ਵਿੱਚ ਹੈ। ਅੰਮ੍ਰਿਤਸਰ ਸ਼ਹਿਰ ਭਾਵ ਅੰਮ੍ਰਿਤ ਦਾ ਸਰੋਵਰ 1577 ਵਿੱਚ ਗੁਰੂ ਰਾਮਦਾਸ ਜੀ ਨੇ ਵਰਸਾਇਆ। ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਨੂੰ ਇਸ ਸਰੋਵਰ ਦੇ ਵਿਚਕਾਰ ਬਣਵਾਇਆ ਅਤੇ ਇਸ ਦੀ ਨੀਂਹ ਮੁਸਲਿਮ ਸੂਫੀ ਹਜ਼ਰਤ ਮੀਆਂ ਮੀਰ ਤੋਂ ਰਖਵਾਇਆ, ਜਿਸ ਨਾਲ ਦੁਨੀਆਂ ਨੂੰ ਧਰਮ ਦਾ ਸੱਚਾ ਸਾਂਝੀਵਾਲਤਾ ਅਤੇ ਨਿਰਪੱਖਤਾ ਦਾ ਸੰਦੇਸ਼ ਦਿੱਤਾ। ਪਹਿਲੇ ਪੰਜ ਗੁਰੂ ਸਾਹਿਬਾਂ, 15 ਭਗਤਾਂ ਅਤੇ ਸੂਫੀਆਂ ਦੁਆਰਾ ਲਿਖੀ ਬਾਣੀ ਵਾਲਾ ਆਦਿ ਗ੍ਰੰਥ ਹਰਿਮੰਦਰ ਸਾਹਿਬ ਦੇ ਅੰਦਰ ਸਥਾਪਿਤ ਕੀਤਾ। ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਤਾਪਿਆ। ਅਕਾਲ ਤਖ਼ਤ ਸਾਹਿਬ ਵੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੀ ਹੈ, ਜੋ ਕਿ ਗੁਰੂ ਹਰਗੋਬਿੰਦ ਸਾਹਿਬ ਦੁਆਰਾ ਉਸਾਰਿਆ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ। ਹਰਿਮੰਦਰ ਸਾਹਿਬ ਪੀਰੀ ਨੂੰ ਦਰਸਾਉਂਦਾ ਪਰਮਾਤਮਾ ਦੇ ਰੂਹਾਨੀ ਗੁਣਾਂ ਦਾ ਨਿਵਾਸ ਹੈ ਅਤੇ ਅਕਾਲ ਤਖ਼ਤ ਸਾਹਿਬ ਮੀਰੀ ਨੂੰ ਦਰਸਾਉਂਦਾ ਪਰਮਾਤਮਾ ਦੇ ਅਸਥਾਈ ਅਧਿਕਾਰ ਦਾ ਸਥਾਨ ਹੈ। ਇਹ ਸਿੱਖਾਂ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ। ਸਿੱਖਾਂ ਦੇ ਧਾਰਮਿਕ ਮਸਲਿਆਂ ਲਈ ਇਹ ਇੱਕ ਸੁਪਰੀਮ ਕੋਰਟ ਹੈ। ਹਰਿਮੰਦਰ ਸਾਹਿਬ ਵਿੱਚ ਜਾਣ ਲਈ 4 ਦਰਵਾਜ਼ੇ ਹਨ, ਜੋ ਕਿ ਸਾਰੇ ਲੋਕਾਂ ਅਤੇ ਧਰਮਾਂ ਪ੍ਰਤੀ ਸਿੱਖਾਂ ਦੇ ਕੁੱਲੇਪਨ ਦਾ ਪ੍ਰਤੀਕ ਹਨ। ਹਰ ਤਰ੍ਹਾਂ ਦੇ ਧਰਮਾਂ ਦੇ 1 ਲੱਖ ਤੋਂ ਵੱਧ ਲੋਕ ਹਰ ਰੋਜ਼ ਦਰਬਾਰ ਸਾਹਿਬ ਆਉਂਦੇ ਹਨ। ਬਿਨਾਂ ਕਿਸੇ ਭੇਦਭਾਵ ਦੇ ਲੰਗਰ ਚੱਕਦੇ ਹਨ ਅਤੇ ਸੇਵਾ ਕਰਦੇ ਹਨ। 1764 ਵਿੱਚ ਜੱਸਾ ਸਿੰਘ ਅਹਲੂਵਾਲੀਆ ਨੇ ਹੋਰ ਸਿੱਖ ਮਿਸਲਾਂ ਦੀ ਸਹਾਇਤਾ ਨਾਲ ਦਰਬਾਰ ਸਾਹਿਬ ਨੂੰ ਦੁਬਾਰਾ ਉਸਾਰਿਆ। 19ਵੀਂ ਸਦੀ ਦੇ ਆਰੰਭ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦੀ ਸੇਵਾ ਕਰਵਾਏ, ਜਿਸ ਨੇ ਦਰਬਾਰ ਸਾਹਿਬ ਨੂੰ ਇੱਕ ਵਿਲੱਖਣ ਰੂਪ ਦਿੱਤਾ ਅਤੇ ਇੰਗਲਿਸ਼ ਨਾਮ ਗੋਲਡਨ ਟੈਂਪਲ ਮਸ਼ਹੂਰ ਹੋ ਗਿਆ। ਦਰਬਾਰ ਸਾਹਿਬ ਕੰਪਲੈਕਸ ਦੀ ਸੀਮਾ ਦੇ ਅੰਦਰ 6 ਤੋਂ ਵੱਧ ਇਤਿਹਾਸਕ ਗੁਰਦੁਆਰਾ ਸਾਹਿਬ ਹਨ, ਜਿਸ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਬਾਬਲ ਅਟਲ ਰਾਏ ਜੀ ਦੇ ਸ਼ਹੀਦੀ ਅਸਥਾਨ ਸ਼ਾਮਲ ਹਨ। ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੀ ਹਰ ਸਿੱਖ ਦੀ ਇੱਛਾ ਹੁੰਦੀ ਹੈ। ਸਾਡੇ ਵਿੱਚੋਂ ਬਹੁਤ ਸਾਰੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਆਪਣੀ ਮਾਤਰ ਭੂਮੀ ਦੀ ਯਾਤਰਾ ਸਫਲ ਨਹੀਂ ਸਮਝਦੇ ਜਦ ਤੱਕ ਅਸੀਂ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕਰ ਲੈਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪੇਂਟਿੰਗ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਹੈ। ਮੋਤੀ ਰਾਮ ਮਹਿਰਾ ਜੀ ਵਜ਼ੀਰ ਖਾਨ ਦੇ ਰਸੋਈ ਵਿੱਚ ਕੰਮ ਕਰਦੇ ਸਨ। ਜਦੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਠੰਡੇ ਬੁਰਜ ਵਿੱਚ ਕੈਦ ਸਨ, ਉਦੋਂ ਮਾਤਾ ਗੁਜਰੀ ਜੀ ਨੇ ਮੁਗਲ ਰਸੋਈ ਅਤੇ ਦੀਵਾਨ ਸੁੱਚਾ ਨੰਦ ਦੇ ਘਰੋਂ ਖਾਣਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਸੁਣ ਕੇ ਮੋਤੀ ਰਾਮ ਮਹਿਰਾ ਜੀ ਉਹਨਾਂ ਨੂੰ ਭੁੱਖੇ ਸੌਂਦੇ ਵੇਖ ਨਹੀਂ ਸਕੇ। ਉਹਨਾਂ ਨੇ ਆਪਣੇ ਪਰਿਵਾਰ ਨੂੰ ਇਹ ਸਥਿਤੀ ਬਾਰੇ ਦੱਸਿਆ ਅਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਲਈ ਦੁੱਧ ਦੀ ਸੇਵਾ ਕਰਨ ਦੀ ਇੱਛਾ ਜ਼ਾਹਿਰ ਕੀਤੀ। ਬਾਬਾ ਮੋਤੀ ਰਾਮ ਮਹਿਰਾ ਜੀ ਦੀ ਮਾਤਾ ਅਤੇ ਪਤਨੀ ਬਹੁਤ ਡਰੇ ਹੋਏ ਸਨ ਅਤੇ ਉਹਨਾਂ ਨੇ ਇਹ ਕਦਮ ਨਾ ਚੁੱਕਣ ਲਈ ਕਿਹਾ, ਕਿਉਂਕਿ ਵਜ਼ੀਰ ਖਾਨ ਨੇ ਐਲਾਨ ਕੀਤਾ ਸੀ ਕਿ ਜਿਸ ਨੇ ਵੀ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਭੋਜਨ ਦਿੱਤਾ
ਜਾਂ ਹੋਰ ਕੋਈ ਸਹਾਇਤਾ ਕੀਤੀ ਉਸ ਨੂੰ ਪਰਿਵਾਰ ਸਮੇਤ ਇੱਕ ਖੁੱਲੂ ਵਿੱਚ ਜਿੰਦਾ ਪੁੱਛ ਲਿਆ ਜਾਵੇਗਾ। ਬਾਬਾ ਜੀ ਨੇ ਨਿਮਰਤਾ ਨਾਲ ਜਵਾਬ ਦਿੱਤਾ, ਪਿਆਰੀ ਮਾਂ, ਸਾਡੇ ਗੁਰੂ ਸਾਹਿਬ ਮੁਗਲ ਦੇ ਅਨਿਆਇ ਵਿਰੁੱਧ ਲੜ ਰਹੇ ਹਨ। ਮੈਂ ਫੌਜਦਾਰ ਦੀ ਸਜ਼ਾ ਤੋਂ ਨਹੀਂ ਡਰਦਾ। ਇਤਿਹਾਸ ਸਾਨੂੰ ਮਾਫ਼ ਨਹੀਂ ਕਰੇਗਾ ਜੇ ਅਸੀਂ ਗੁਰੂ ਸਾਹਿਬ ਦੇ ਪਰਿਵਾਰ ਦੀ ਸੇਵਾ ਨਾ ਕਰ ਸਕੇ। ਇਹ ਸੁਣ ਕੇ ਉਹਨਾਂ ਦੀ ਪਤਨੀ ਨੇ ਆਪਣੇ ਗਹਿਣੇ ਅਤੇ ਕੁਝ ਸਿੱਕੇ ਬੁੱਝ ਅਤੇ ਸਿਪਾਹੀ ਨੂੰ ਇਸ ਕੰਮ ਨੂੰ ਗੁਪਤ ਰੱਖਣ ਲਈ ਦੇ ਦਿੱਤੇ। ਬਾਬਾ ਮੋਤੀ ਰਾਮ ਜੀ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਲਈ 3 ਰਾਤਾਂ ਤੱਕ ਦੁੱਧ ਅਤੇ ਪਾਣੀ ਦੀ ਸੇਵਾ ਕੀਤੀ। 27 ਦਸੰਬਰ 1704 ਨੂੰ ਛੋਟੇ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਗਏ। ਮਾਤਾ ਗੁਜਰੀ ਜੀ ਵੀ ਸ਼ਹੀਦ ਹੋ ਗਏ। ਕੁਝ ਦਿਨਾਂ ਬਾਅਦ ਪੁੰਮਾ, ਜੋ ਗੰਗੂ ਦਾ ਭਰਾ ਸੀ, ਨੇ ਵਜ਼ੀਰ ਖਾਨ ਨੂੰ ਦੱਸਿਆ ਕਿ ਉਹਦੇ ਨੌਕਰ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਸੀ। ਉਹਨਾਂ ਦੇ ਛੋਟੇ ਬੇਟੇ ਸਮੇਤ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਪਰਿਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਨੂੰ ਵਜ਼ੀਰ ਖਾਨ ਨੂੰ ਉੱਤਰ ਦਿੱਤਾ ਕਿ ਗੁਰੂ ਸਾਹਿਬ ਦੇ ਪਰਿਵਾਰ ਦੀ ਸੇਵਾ ਕਰਨਾ ਉਹਨਾਂ ਦਾ ਧਰਮ ਸੀ, ਸੋ ਉਹ ਸਜ਼ਾ ਲਈ ਤਿਆਰ ਹਨ। ਸਾਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਦੇਣ ਦੀ ਸਜ਼ਾ ਸੁਣਾਈ ਗਈ। ਉਹਨਾਂ ਦੀ ਕੁਰਬਾਨੀ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜ਼ਾਹਿਰ ਕੀਤੀ। ਅਸੀਂ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਪਰਿਵਾਰ ਦੀ ਕੁਰਬਾਨੀ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪੇਂਟਿੰਗ ਉਸ ਸਮੇਂ ਦੀ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਮੁਗਲ ਹਕੂਮਤ ਵੱਲੋਂ ਹਰ ਰੋਜ਼ 100 ਸਿੱਖਾਂ ਦਾ ਕਤਲ ਕੀਤਾ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਵੱਲੋਂ ਸਿੰਘ ਸੱਜੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਅਤੇ ਹੋਰ ਇਲਾਕੇ ਫਤਿਹ ਕਰਕੇ ਪੰਜਾਬ ਵਿੱਚ ਖਾਲਸਾ ਰਾਜ ਕਾਇਮ ਕੀਤਾ। ਉਸਨੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਦੇ ਸਿੱਕੇ ਅਤੇ ਮੋਹਰਾਂ ਵੀ ਚਲਾ ਦਿੱਤੀਆਂ। ਮੁਗਲ ਹਕੂਮਤ ਨੂੰ ਇਹ ਨਹੀਂ ਪਾਇਆ ਅਤੇ ਆਖਿਰ ਦਸੰਬਰ 1715 ਨੂੰ ਬਹਾਦਰ ਸ਼ਾਹ ਦੀ ਮੌਤ ਤੋਂ ਬਾਅਦ ਨਵੇਂ ਥਾਪੇ ਮੁਗਲ ਰੂਲਰ ਫਾਰੂਕ ਸ਼ੇਰ ਨੇ ਬੰਦਾ ਸਿੰਘ ਬਹਾਦਰ ਨੂੰ 700 ਸਿੰਘਾਂ ਸਮੇਤ ਬੰਦੀ ਬਣਾ ਲਿਆ। ਇੱਕ ਪਾਸੇ 7 ਦਿਨਾਂ ਤੱਕ ਹਰ ਰੋਜ਼ 100 ਸਿੰਘਾਂ ਨੂੰ ਕਤਲ ਕਰਿਆ ਜਾਂਦਾ, ਜੋ ਕਿ ਪੇਂਟਿੰਗ ਵਿੱਚ ਦਿਖਾਇਆ ਗਿਆ ਹੈ, ਅਤੇ ਦੂਜੇ ਪਾਸੇ ਕੈਦ ਵਿੱਚ ਬੰਦਾ ਸਿੰਘ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਜਾਂਦਾ। ਜਦੋਂ ਬੰਦਾ ਸਿੰਘ ਨੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸਦੇ 4 ਸਾਲ ਦੇ ਪੁੱਤਰ ਨੂੰ ਗੋਦ ਵਿੱਚ ਬਿਠਾ ਕੇ ਖੁਦ ਕਤਲ ਕਰਨ ਲਈ ਕਿਹਾ ਗਿਆ। ਜਦੋਂ ਬੰਦਾ ਸਿੰਘ ਜੀ ਨੇ ਇਸ ਜ਼ੁਲਮ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਮੁਗਲਾਂ ਨੇ ਖੁਦ ਬੱਚੇ ਦੀ ਛਾਤੀ ਚੀਰ ਕੇ ਉਹਦਾ ਕਲੇਜਾ ਬਾਹਰ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ। ਹੋਰ ਵੀ ਬਹੁਤ ਦਰਦਨਾਕ ਤਸੀਹੇ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜੂਨ 1716 ਨੂੰ ਸ਼ਹੀਦ ਕਰ ਦਿੱਤਾ ਗਿਆ। ਅਸੀਂ ਬਾਬਾ ਬੰਦਾ ਸਿੰਘ ਜੀ ਔਰ ਹੋਰ ਸਾਰੇ ਸਿੰਘਾਂ ਦੇ ਗੁਰਬਾਣੀਆਂ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਮਨੀ ਸਿੰਘ ਜੀ, ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਸਿੱਖ ਇਤਿਹਾਸ ਵਿੱਚ ਇੱਕ ਮਹਾਨ ਭੂਮਿਕਾ ਨਿਭਾਈ, ਉਹਨਾਂ ਦਾ ਜਨਮ 10 ਮਾਰਚ 1644 ਨੂੰ ਪਾਕਿਸਤਾਨ ਦੇ ਅਲੀਪੁਰ ਪਿੰਡ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਮਾਇਦਾਸ ਅਤੇ ਮਾਤਾ ਦਾ ਨਾਮ ਮਦਰੀ ਬਾਈ ਸੀ। ਭਾਈ ਮਨੀ ਸਿੰਘ ਜੀ ਇੱਕ ਲੇਖਕ, ਪ੍ਰਚਾਰਕ ਅਤੇ ਇੱਕ ਬਹਾਦਰ ਸਿਪਾਹੀ ਸਨ। ਜ਼ਖਰੀਆ ਖਾਨ ਇੱਕ ਕੱਟੜ ਮੁਸਲਮਾਨ ਅਤੇ ਉਸ ਸਮੇਂ ਲਾਹੌਰ ਦਾ ਰਾਜਪਾਲ ਸੀ। ਉਸਨੇ ਸਿੱਖਾਂ ਨੂੰ ਅੰਮ੍ਰਿਤਸਰ ਆਉਣ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਸਖ਼ਤ ਮਨਾਈ ਕੀਤੀ ਸੀ। ਉਸਨੇ ਆਪਣੇ ਦੀਵਾਨ ਲਖਪਤ ਰਾਏ ਨੂੰ ਅੰਮ੍ਰਿਤਸਰ ਭੇਜਿਆ ਅਤੇ ਸਿੱਖਾਂ ਨੂੰ ਦੀਵਾਲੀ ਮਨਾਉਣ ਦੀ ਮਨਾਈ ਕਰ ਦਿੱਤੀ। ਭਾਈ ਮਨੀ ਸਿੰਘ ਜੀ ਦੇ ਗੱਲਬਾਤ ਕਰਨ ਉਪਰੰਤ ਰਾਜਪਾਲ ਨੇ 5000 ਰੁਪਏ ਜਮ੍ਹਾਂ ਕਰਾਉਣ ਅਤੇ ਦੀਵਾਲੀ ਮਨਾਉਣ ਲਈ ਮੰਨ ਗਿਆ। ਭਾਈ ਮਨੀ ਸਿੰਘ ਜੀ ਦੀਵਾਲੀ 'ਤੇ ਆਉਣ ਵਾਲੀ ਸਿੱਖ ਸੰਗਤ ਤੋਂ ਇਕੱਠੀ ਹੋਣ ਵਾਲੀ ਸੇਵਾ ਦੀ ਉਮੀਦ ਕਰਕੇ ਸਹਿਮਤ ਹੋ ਗਏ। ਭਾਈ ਮਨੀ ਸਿੰਘ ਜੀ ਨੇ ਦੀਵਾਲੀ ਮਨਾਉਣ ਲਈ ਸਿੱਖ ਸੰਗਤ ਨੂੰ ਦਰਬਾਰ ਸਾਹਿਬ ਆਉਣ ਦਾ ਸੱਦਾ ਦਿੱਤਾ। ਜਦ ਉਹਨਾਂ ਨੂੰ ਰਾਜਪਾਲ ਦੇ ਸਿੱਖਾਂ ਨੂੰ ਇਕੱਠੇ ਕਰਕੇ ਮਾਰਨ ਦੇ ਗਲਤ ਮਨਸੂਬੇ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਸਿੱਖ ਸੰਗਤ ਦੀ ਸਲਾਮਤੀ ਲਈ ਸਿੱਖਾਂ ਨੂੰ ਦਰਬਾਰ ਸਾਹਿਬ ਨਾ ਆਉਣ ਦਾ ਸੰਦੇਸ਼ ਭੇਜਿਆ। ਘੱਟ ਸੰਗਤ ਆਉਣ ਕਰਕੇ
5,000 rupees नहीं इकट्ठे हुए अते पैसे दी अदायगी ना करन करके पाईमनी सिंह जी नू गिरफ्तार कर लिया गया। उन्होंने इस्लाम कबूल करन या पैसे देन दी शर्त रखी। पाईमनी सिंह जी ने इस्लाम कबूल करन तो मना कर दिता। राजपाल ने उन्होंने बंद बंद कट के मारन दी सज़ा दी। इस तरह पाईमनी सिंह जी ने बंद बंद कटवा लिया पर सिखी सिदक तो नहीं डोले ते जून 1734 नू 90 साल की उम्र विच शहीदी प्राप्त की। सिर जावे ता जावे, मेरा सिखी सिदक ना जावे। वाहेगुरु जी का खालसा, वाहेगुरु जी की फतेह। वाहेगुरु जी का खालसा, वाहेगुरु जी की फतेह। ये पेंटिंग उस समय की है जो मीर मन्नू ने सिख बीबिया अते उनादे बच्चियां नू जेलां विच तसीह दिते सन। अप्रैल 1748 विच लाहौर दा नवा बनिया गवर्नर मीर मन्नू सिखां दी वध रही लोकप्रियता नू देख के खुश नहीं सी अते उनां नू खत्म करना चाहुंदा सी। सिख अपने इलाके छड़ के दूजे राज्यां विच चले गए। जदों उसनू पता लग्या कि दिवाली लई सिख अमृतसर इकट्ठे हो रहे सन तां सिखां नू खत्म करन लई उसने जलंधर दी फौज दी कमांडर अदीना बेग नू उसदी फौज दी मदद लई बेनती कीती। जसा सिंह रामगढ़िया भी जलंधर फौज विच सी। जदों मुगल फौज ने 2 महीने राम रौनी दे किले विच 500 दे लगभग सिखां नू घेरे पा रखिया तां उसने फौज दी नौकरी छड्ड दित्ती अते सिंघां नाल शामिल हो गया जिस करके मुगल फौज दी हार होई। इस दौरान जदों अफगानिस्तान तो आए अब्दाली ने भारत उत्ते हमला किया तां मीर मन्नू ने सिखां नाल समझौता कर लिया। अब्दाली दे तीजे हमले दे समय मीर मन्नू दी फौज ने दुल खालसा उत्ते हमला कर दिता जिस करके सिंघां ने दोबारा फौज छड्ड दित्ती अते मीर मन्नू दी लड़ाई विच फिर हार होई। गुस्से विच उसने फिर सिखां नू खत्म करन दी योजना बनाई। उसने सिंघां दा सिर वढ़ के लियाण लई जां खबर देण लई इनाम दे ऐलान किया। लालच विच लोग सिंघां अते उहनां दे परिवारां नू गिरफ्तार करन लगे। कैदी सिखां नू लाहौर लियांदा गया जिथे सिंघां दा सिर कलम कर दिता अते उहनां दे परिवारां नू जेलां विच रखिया। हर औरत नू जेल विच रोज पीसन लई 40 पाउंड अनाज दिता जांदा। जो नहीं कर सकदा सी उहनां दे सीने उत्ते बहुत भारी पत्थर रख्या जांदा सी। उहनां दे बच्चिआं दे टुकड़े टुकड़े करके मावां दे गलियां विच हार पाए गए जो इस पेंटिंग विच दिखाया गया है। वाहिगुरु दी बाणी विच उहनां ने इह सब बर्दाश्त कीता। नवंबर 1753 विच जदों मीर मन्नू दे मौत हो गई सिंघां ने सिख कैदियां नू रिहा कर दिता। असीं उहनां सिंघां अते सिंघणियां दे कुर्बानियां नू प्रणाम करदे होए अरदास विच याद करदे हां। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। ये पेंटिंग भाई जय सिंह जी की शहीदी बारे है। भाई जय सिंह जी पटियाले के नेड़े पिंड मुगल माजरे के रहने वाले सन। वो गुरु साहब नू प्यार करने वाले बहुत ही प्यारे गुरसिख सन। एक दिन 1753 विच भाई साहब खेतों में वाहगुरु का जाप करते हुए अकाल पुरख नाल जुड़े हुए सन जदों राजपाल अब्दुल समुंद खान उत्थों लंघिया। समाधि विच लीन होण कारण भाई साहब ने उहदे वल कोई ध्यान नहीं दिता। यह देख के अब्दुल खान के सिपाही ने भाई साहब नू चिंजोड़िया अते आदेश दिता, जग नवाब का सम्मान उठा। भाई साहब ने पुछया कि थैले विच की है जो तुसीं मैनू चुकन लई कहा है। मुगल ने कहा कि यह तंबाकू अते नवाब का हुक्का है। भाई साहब ने थैले नू हथ लाउण तों इनकार कर दिता अते कहा, मेरे गुरु का हुक्म है कि मैं तंबाकू नहीं चू सकता, सो मैं तुहाडा थैला नहीं चक सकता। उस हुक्म अदुल्दी तो गुस्से हो के वह भाई साहब नू नज़दीकी दरख्त वल खिंच के लै गए अते दरख्त नाल पुट्ठा टंग दिता। तिखे ब्लेडा नाल पैरां तों लै के सारे शरीर तों चमड़ी नू छिल दिता। मिनटां विच उहनां दा सारा शरीर अते जमीन खून नाल लाल हो गए। इस वैशी तसीहे दे समय भाई साहब वाहिगुरू वाहिगुरू दोहरा रहे सन अते सुरत अकाल पुरख नाल जोड़दे होए शहीद हो गए। भाई साहब दी शहादत तो बाद नवाब ने भाई साहब दे पूरे परिवार नूं वी कतल करन दा आदेश दिता। भाई जय सिंह अते उस दे सारे परिवार ने सिखी सिदक नहीं हारिया अते शहीदी प्राप्त की। जदों खालसे ने इस महान घटना बारे सुनिया
ਤਾਂ ਉਹਨਾਂ ਨੇ ਪਿੰਡ ਮੁਗਲ ਮਾਜਰਾ ਦੇ ਵਹਿਸ਼ੀ ਮੁਗਲਾਂ ਉੱਤੋਂ ਹਮਲਾ ਕਰ ਦਿੱਤਾ। ਅਸੀਂ ਹਰ ਰੋਜ਼ ਅਰਦਾਸ ਵਿੱਚ ਗੁਰੂ ਸਾਹਿਬ ਦੇ ਮਹਾਨ ਗੁਰਸਿੱਖ ਦੀ ਕੁਰਬਾਨੀ ਨੂੰ ਪ੍ਰਣਾਮ ਕਰਦੇ ਹੋਏ ਯਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਕਨ੍ਹੱਈਆ ਜੀ, ਹਿੰਦੂ ਤਰਕ ਕੋ ਰਾਫ ਜੀ ਇਮਾਮ ਸਾਫ਼ੀ ਮਾਨਸ ਕੀ ਜਾਤ ਸਭੈ ਏਕ ਪਹਿਚਾਨ ਭੋ। ਗੁਰੂ ਗੋਬਿੰਦ ਸਿੰਘ ਜੀ ਦਾ ਇਹ ਕਥਨ ਭਾਈ ਕਨ੍ਹੱਈਆ ਜੀ ਨੇ ਸਮਝਾਇਆ ਤੇ ਜੀਵਿਆ। ਸਿੱਖੀ ਵਿੱਚ ਆਪ ਜੀ ਨੇ ਮਾਨਵਤਾ ਦੀ ਸੇਵਾ ਸਭ ਨੂੰ ਇੱਕੋ ਸਮਝ ਕੇ ਬਿਨਾਂ ਕਿਸੇ ਭੇਦ ਭਾਵ ਦੇ ਕੀਤੀ। ਸਿੱਖੀ ਵਿੱਚ ਸੇਵਾ ਸਾਧਨਾ ਨੂੰ ਪ੍ਰਫੁੱਲਿਤ ਕਰਨ ਲਈ ਆਪ ਜੀ ਦਾ ਜੀਵਨ ਇੱਕ ਚਾਨਣ ਮੁਨਾਰੇ ਵਾਂਗ ਹੈ। ਇਸ ਤਸਵੀਰ ਵਿੱਚ ਆਪ ਭਾਈ ਕਨ੍ਹੱਈਆ ਜੀ ਨੂੰ ਦੁਸ਼ਮਣ ਮੁਗਲ ਫੌਜ ਦੇ ਜ਼ਖਮੀ ਸਿਪਾਹੀ ਨੂੰ ਪਾਣੀ ਪਿਲਾਉਂਦੇ ਹੋ ਦੇਖ ਰਹੇ ਹੋ। ਜਦੋਂ ਇਸ ਗੱਲ ਦੀ ਸ਼ਿਕਾਇਤ ਸਿੱਖਾਂ ਨੇ ਗੁਰੂ ਜੀ ਕੋ ਕੀਤੀ ਤਾਂ ਪੁੱਛਣ ਤੇ ਭਾਈ ਸਾਹਿਬ ਨੇ ਕਿਹਾ ਕਿ ਗੁਰੂ ਜੀ, ਮੈਨੂੰ ਤਾਂ ਹਰ ਮਨੁੱਖ ਵਿੱਚ ਆਪ ਜੀ ਦਾ ਹੀ ਰੂਪ ਨਜ਼ਰ ਆਉਂਦਾ ਹੈ। ਗੁਰੂ ਜੀ ਨੇ ਖੁਸ਼ ਹੋ ਕੇ ਭਾਈ ਸਾਹਿਬ ਨੂੰ ਜ਼ਖਮੀਆਂ ਦੀ ਮਰਮ ਪੱਟੀ ਕਰਨ ਲਈ ਵੀ ਆਖਿਆ। ਸ਼ਹੀਦ ਭਾਈ ਬੋਤਾ ਸਿੰਘ ਜੀ ਤੇ ਸ਼ਹੀਦ ਭਾਈ ਗਰਜਾ ਸਿੰਘ ਜੀ, ਇਸ ਤਸਵੀਰ ਵਿੱਚ ਤੁਸੀਂ ਖਾਲਸਾ ਰਾਜ ਦੇ ਝੰਡਾ ਗੱਡਣ ਵਾਲੇ ਬਹਾਦਰ ਸਿੰਘ ਸ਼ਹੀਦ ਭਾਈ ਬੋਤਾ ਸਿੰਘ ਜੀ ਤੇ ਸ਼ਹੀਦ ਭਾਈ ਗਰਜਾ ਸਿੰਘ ਜੀ ਦੇਖ ਰਹੇ ਹਾਂ। 1739 ਦਾ ਭਿਆਨਕ ਸਮਾਂ, ਜਦੋਂ ਸਮੇਂ ਦੇ ਮੁਗਲ ਜਰਨੈਲ ਜ਼ਕਰੀਆ ਖਾਨ ਨੇ ਸਿੱਖਾਂ ਦਾ ਖਾਤਮਾ ਕਰਨ ਲਈ ਉਹਨਾਂ ਦੇ ਸਿਰਾਂ ਦੇ ਮੁੱਲ ਲਗਾ ਦਿੱਤੇ। ਉਦੋਂ ਲੋਕ ਲਾਲਚੀ ਲੋਕ ਪੈਸਾ ਲਈ ਸਿੱਖਾਂ ਨੂੰ ਮਾਰਨ ਲੱਗੇ ਜਾਂ ਉਹਨਾਂ ਦੀ ਖ਼ਬਰ ਮੁਗਲਾਂ ਨੂੰ ਦੇਣ ਲੱਗੇ। ਭਾਈ ਬੋਤਾ ਸਿੰਘ ਜੀ ਤੇ ਭਾਈ ਗਰਜਾ ਸਿੰਘ ਜੀ ਨੇ ਜਦੋਂ ਇਹ ਖ਼ਬਰ ਸੁਣੀ ਤਾਂ ਉਹਨਾਂ ਨੇ ਮੁਗਲਾਂ ਨੂੰ ਦੱਸਣ ਲਈ ਕਿ ਸਿੱਖ ਅਜੇ ਖਤਮ ਨਹੀਂ ਹੋਏ, ਮੁਗਲਾਂ ਦੇ ਜਨੇਲੀ ਸੜਕ ਤੇ ਨੂਰਦੀਨ ਦੇ ਸਰਾਹ ਕੋਲ ਟੈਕਸ ਲਗਾਉਣਾ ਸ਼ੁਰੂ ਕਰ ਦਿੱਤਾ। ਸਾਰੇ ਲੋਕ ਸਿੱਖਾਂ ਦੇ ਡਰ ਕਾਰਨ ਚੁੱਪ ਕਰਕੇ ਟੈਕਸ ਦੇ ਦਿੰਦੇ। ਉਹਨਾਂ ਨੇ ਜ਼ਖਰੀਆ ਖਾਨ ਨੂੰ ਇਹ ਦੱਸਣ ਲਈ ਕਿਹਾ ਸਿੱਖ ਅਜੇ ਜਿੰਦੇ ਹਨ। ਇੱਕ ਚਿੱਠੀ ਭੇਜੀ ਜਿਸ ਵਿੱਚ ਉਸਨੂੰ ਕਾਇਰ ਕਿਹਾ। ਇਹ ਸੁਣ ਕੇ ਜ਼ਖਰੀਆ ਖਾਨ ਅੱਗ ਬੋਲਾ ਹੋ ਗਿਆ ਤੇ ਆਪਣੇ ਸਿਪਾਹੀ ਉਹਨਾਂ ਨੂੰ ਫੜਨ ਲਈ ਭੇਜੇ। ਭਾਈ ਬੋਤਾ ਸਿੰਘ ਜੀ ਤੇ ਭਾਈ ਗਰਜਾ ਸਿੰਘ ਜੀ ਨੇ ਬੜੀ ਬਹਾਦਰੀ ਨਾਲ ਮੁਗਲ ਸਿਪਾਹੀਆਂ ਦਾ ਟਾਕਰਾ ਕੀਤਾ ਤੇ ਬਹੁਤਿਆਂ ਨੂੰ ਮਾਰ ਕੇ ਆਪ ਸ਼ਹੀਦੀ ਪ੍ਰਾਪਤ ਕੀਤੀ। ਵੀਰ ਜੀ ਦਾ ਬਹੁਤ ਧੰਨਵਾਦ ਹੈ ਜੋ ਉਹਨਾਂ ਨੇ ਸਾਨੂੰ ਆਪਣੇ ਤੇ ਆਪਣੀ ਕਲਾ ਬਾਰੇ ਜਾਣਕਾਰੀ ਦਿੱਤੀ। ਅਸੀਂ ਹਰਬਲ ਵੀਰ ਜੀ ਤੇ ਉਹਨਾਂ ਦੇ ਪਰਿਵਾਰ ਦੇ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੀ ਪਿਛਲੀ ਪੰਜਾਬ ਦੇ ਫੇਰੀ ਦੌਰਾਨ ਵੀਰ ਜੀ ਨੂੰ ਮਿਲ ਕੇ ਆਉਣ ਲਈ ਸਮਾਂ ਕੱਢਿਆ। ਨਾਲ ਹੀ ਧੰਨਵਾਦੀ ਹਾਂ NESSC ਦੇ ਜਿਨ੍ਹਾਂ ਦੇ ਸਹਿਯੋਗ ਨਾਲ ਨਿਸ਼ਕਾਮ TV ਦੇ ਦੁਆਰਾ ਇਹ ਇੰਟਰਵਿਊ ਅਤੇ ਪੇਂਟਿੰਗਸ ਆਪ ਜੀ ਦੇ ਰੂਬਰੂ ਕਰ ਸਕੇ। ਅੱਜ 6 ਜੂਨ ਨੂੰ ਇਹ ਇਸ ਲਈ ਰਿਲੀਜ਼ ਕੀਤੀ ਹੈ ਕਿਉਂਕਿ ਅੱਜ ਦੇ ਦਿਨ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਸ਼ਹੀਦੀ ਦਿਨ ਹੈ, ਜਿਨ੍ਹਾਂ ਨੇ ਇੱਕ ਵਾਰ ਫਿਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣ ਲਈ ਸਿਰ ਧੜ ਦੀ ਬਾਜ਼ੀ ਲਾ ਦਿੱਤੀ ਸੀ। ਜਦੋਂ ਵੀ ਕੋਈ ਹਕੂਮਤ ਗੁਰੂ ਧਾਮ 'ਤੇ ਚੜ ਕੇ ਆਉਂਦੀ ਹੈ ਤਾਂ ਸਿੱਖ ਕੌਮ ਇਸ ਦਾ ਮੂੰਹ ਤੋੜਵਾਂ ਜਵਾਬ ਦਿੰਦੀ ਹੈ ਅਤੇ ਦਿੰਦੀ ਰਹੇਗੀ। ਅਕਾਲ ਤਖ਼ਤ ਸਾਹਿਬ, ਜੋ ਕਿ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਸਥਾਪਿਤ ਕੀਤਾ ਗਿਆ ਹੈ, ਇੰਡੀਅਨ ਗੌਰਮੈਂਟ ਨੇ 1984 ਵਿੱਚ ਢੇਟਹਿਰੀ ਕਰ ਦਿੱਤਾ ਸੀ, ਜੋ ਕਿ ਪੇਂਟਰ ਵੀਰ ਨੇ ਪੇਂਟਿੰਗਾਂ ਵਿੱਚ ਦਿਖਾਇਆ ਹੈ। ਇੰਡੀਅਨ ਗੌਰਮੈਂਟ ਵੱਲੋਂ ਗਲਤ ਧਾਰਨਾ ਫੈਲਾਈ ਗਈ ਕਿ ਸੰਤ ਜੀ ਦੇ ਅਕਾਲ ਤਖ਼ਤ ਸਾਹਿਬ 'ਤੇ ਹੋਣ ਕਰਕੇ ਉੱਥੇ ਅਟੈਕ ਕੀਤਾ ਗਿਆ। ਇਹ ਸੱਚ ਨਹੀਂ ਹੈ, ਸਗੋਂ ਗੌਰਮੈਂਟ 1981 ਤੋਂ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕਰਨ ਬਾਰੇ ਸਕੀਮਾਂ ਬਣਾ ਰਹੀ ਸੀ, ਜਿਸ ਕਰਕੇ ਸੰਤ ਜੀ ਨੂੰ ਅਕਾਲ ਤਖ਼ਤ ਸਾਹਿਬ ਉੱਤੇ ਆ ਕੇ ਮੋਰਚਾ ਲਾਉਣਾ ਪਿਆ। ਉਮੀਦ ਹੈ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਸੀਂ ਤੁਹਾਡੇ ਸਾਰਿਆਂ ਦੇ ਵੀ ਬਹੁਤ ਧੰਨਵਾਦੀ ਹਾਂ ਵੀਰ ਜੀ ਤੋਂ ਪੇਂਟਿੰਗਸ ਬਣਵਾਉਣ ਲਈ। ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਉਹਨਾਂ ਦੀ ਵੈਬਸਾਈਟ ਜੋ ਅਸੀਂ ਕਮੈਂਟਸ ਵਿੱਚ ਪਾਵਾਂਗੇ ਉਸ 'ਤੇ ਇਨਕੁਆਇਰੀ ਕਰ ਸਕਦੇ ਹੋ। ਇਸ ਪ੍ਰੋਗਰਾਮ ਦੀ ਇੰਗਲਿਸ਼ ਵਰਜਨ ਤਿਆਰੀ ਅਧੀਨ ਹੈ ਅਤੇ ਜਲਦੀ ਹੀ ਪੇਸ਼ ਕੀਤੀ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।